विधानसभा हलका पट्टी के अधीनपन के पिंड व्याह वाले घर दियां खुशियां कदों मातम दे विच तब्दील हो गईयां किसी ने सोचा भी नहीं होगा। दरअसल मामला पिंड चूसलेवाड़ दा है जिथे पार्टी समागम विच उस वेले मातम फैल गया जदों डीजे दी धमक ते भंगड़ा पाउंदे नौजवानां वल्लों गोलियां चलाईयां जा रहीयां सी जिन्हां विचों इक गोली नौजवान महिंदर सिंह दे सिर ते लग गई। उते ही गोली लगन दी घटना नाल जिथे हर पासे सहम दा माहौल हो गया उते ही जख्मी नौजवान नूं फौरी तौर ते जदों हस्पताल ले जांदा गया तां डाक्टरां वल्लों नौजवान नूं मृत घोषित कर दित्ता गया। ਸਾਸੂ ਸਾਬਕਾ ਸਰਪੰਚ ਫਿਰੋਜ਼ਾਬਾਦ ਦੇ ਜਿਹਦੇ ਲੜਕੇ ਜਿਹਦੇ ਪੋਤਰੇ ਦਾ ਧਮਾਲ ਸੀਗਾ ਕੱਲ੍ਹ ਰਾਤ ਇੱਕ ਤਰੀਕ ਨੂੰ ਅਤੇ ਉਹਦੇ ਪ੍ਰੋਗਰਾਮ ਵਿੱਚ ਰਿਸ਼ਤੇਦਾਰ ਅਤੇ ਹੋਰ ਯਾਰ ਦੋਸਤ ਉਹਨਾਂ ਮੁੰਡਿਆਂ ਨੇ ਸੱਦੇ ਸੀਗੇ ਉੱਥੇ ਰਾਤ ਭੰਗੜਾ ਪਾਉਣ ਗਿਆ ਰੋਟੀ ਦਾ ਖਾਣ ਲੱਗਿਆ ਡੀਜੇ ਦੇ ਭੰਗੜੇ ਪੈਣ ਡੇ ਸੀਗੇ ਅਤੇ ਇੱਥੇ ਲੜਕਾ ਜਿਹੜਾ ਇੱਕ ਗੁਰਵੀਰ ਸਿੰਘ ਸਾਨੂੰ ਉਹਨੇ ਦੱਸਿਆ ਵੀ ਪ੍ਰੋਗਰਾਮ ਦੇ ਵਿੱਚ ਗਿਆ ਜਿਹੜਾ ਉਹਦੇ ਨਾਲ ਸ਼ਰੀਕ ਦੇ ਵਿੱਚੋਂ ਜਿੱਥੇ ਚਾਰ ਜਿੱਥੇ ਗੋਲੀ ਡੀਜੇ 'ਤੇ ਭੰਗੜਾ ਪਾਉਂਦੇ ਆ ਪਾਕੇ 'ਤੇ ਪੈਰ ਵਗੈਰਾ ਵੀ ਕਰਦੇ ਸੀ ਜਿਹਦੇ ਅਚਾਨਕ ਉਹਦੇ ਗੋਲੀ ਜਿਹੜੀ ਆ ਜਿਹੜੀ ਲੱਗੀ ਸਿਰ ਦੇ ਵਿੱਚ ਜਿਹਨੂੰ ਜ਼ਖਮੀ ਹੋਏ ਨੂੰ ਹਸਪਤਾਲ ਲੈ ਕੇ ਜਾਗੇ ਦੀ ਮੌਤ ਹੋ ਗਈ। ਅਤੇ ਸਰ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ? ਕਾਰਵਾਈ ਜੋ ਵੀ ਬਿਆਨ ਲਗਾਉਣਗੇ ਕਾਰਵਾਈ ਤਪਤੀ ਜਾ ਰਹੀ ਆ ਜੋ ਵੀ ਜਿਸ ਜਿਹਦੇ ਖਿਲਾਫ਼ ਉਹਨਾਂ ਦਾ ਬਿਆਨ ਦੇਣਗੇ ਉਹਨਾਂ ਦੇ ਹਾਲਾਤ ਨੂੰ ਵੀ ਕਰ ਦਿੱਤੇ। ਜ਼ਿਕਰਯੋਗ ਹੈ ਕਿ ਪਿੰਡ ਵਿੱਚ ਸਾਬਕਾ ਸਰਪੰਚ ਦੇ ਪੋਤਰੇ ਦੇ ਘਰ ਪਾਰਟੀ ਰੱਖੀ ਹੋਈ ਸੀ ਜਿੱਥੇ ਨੌਜਵਾਨ ਦੇ ਰਿਸ਼ਤੇਦਾਰਾਂ ਵੱਲੋਂ ਡੀਜੇ ਤੇ ਭੰਗੜਾ ਪਾਇਆ ਜਾ ਰਿਹਾ ਸੀ। ਉੱਥੇ ਹੀ ਭੰਗੜਾ ਪਾਉਂਦੇ ਹੋਏ ਫੁਕਰਪੰਥੀ ਦਿਖਾਉਂਦੇ ਹੋਏ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਗੁਰਵੇਲ ਸਿੰਘ ਦੇ ਚਾ ਲੱਗੀ ਅਤੇ ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਉੱਥੇ ਹੀ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਅਤੇ ਨੌਜਵਾਨ ਦੀ ਮੌਤ ਦੇ ਲਈ ਜੋ ਵੀ ਕੋਈ ਦੋਸ਼ੀ ਹੈ ਉਸਦੇ ਖਿਲਾਫ਼ ਕੜੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੇ ਮਾਮਲੇ ਤੇ ਕੁਝ ਵੀ ਕਿਹਾ ਨਹੀਂ ਜਾ ਰਿਹਾ। ਤਰਨ ਤਾਰਨ ਤੋਂ ਅਮਿਤ ਮਰਵਾਹ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।